ਆਪਣੀ ਦੁਕਾਨ ਦਾ ਸ਼ਗਲ ਚੱਕਿਆ ਤੇ ਅੰਦਰ ਆ ਕੇ ਦੇਖਿਆ ਆਪਣੀ ਨਾਲ ਦੀ ਕੰਧ 'ਚ ਜਿੱਦਾਂ ਸੱਬਲ ਨਾਲ ਤੋੜੀ ਹੋਈ ਸੀ, ਫੋਨ ਫੂਨ ਸਾਰੇ ਚੱਕੇ ਹੋਏ ਸੀਗੇ। ਸਵੇਰੇ ਆ ਕੇ ਦੇਖਿਆ। ਸਰ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? ਘੱਟੋ ਘੱਟ 7 ਤੋਂ 8 ਲੱਖ ਦਾ ਹੋ ਗਿਆ। ਅਤੇ ਫੋਨ ਵਗੈਰਾ ਲੈ ਗਏ ਜਾਂ ਕਿੰਨਾ? ਰਿਪੇਅਰ ਆਏ ਸੀਗੇ, ਨਵੇਂ ਫੋਨ ਸੀਗੇ, ਰਿਪੇਅਰ ਹੋਣ ਆਏ ਸੀਗੇ 10-15 ਫੋਨ। ਅਤੇ ਉੱਦਾਂ ਮੇਰੇ ਪੇ ਸੀ ਐਪਲ ਫੋਨ ਪੇ ਸੀ, ਉਹ ਲੈ ਗਏ। ਸਰ ਕੋਈ ਕੈਸ਼ ਵਗੈਰਾ ਵੀ ਲੱਗ ਗਏ ਜਾਂ? ਕੈਸ਼ 20-25 ਹਜ਼ਾਰ ਰੁਪਇਆ ਸੀਗਾ। ਐਸ ਪੀ ਸਾਹਿਬ, ਇਹ ਸਾਰੇ ਆਪਣੇ ਖੌਫ ਨਾਲ ਖੜੇ, ਦੇਖੋ ਇਹਨਾਂ ਚਿਹਰੇ, ਦੇਖੋ ਸਾਰਿਆਂ ਦਾ ਡਰ ਲਹਿਰਾ ਰਿਹਾ, ਪੂਰਾ ਡਰ ਕਿ ਪਤਾ ਨਹੀਂ ਹੁਣ ਕਿਹਦੀ ਦੁਕਾਨ ਦੇ ਵਿੱਚ ਕਿਹਨੇ ਆਉਣਾ। ਐਸ ਪੀ ਸਾਹਿਬ, ਬੇਨਤੀ ਆ ਸਾਡੇ ਵੀਰ ਦੇ ਜਿਨ੍ਹਾਂ ਨੇ ਵਾਰਦਾਤ ਕੀਤੀ ਆ, ਚਾਹੇ ਉਮਲੀਆਂ ਨੇ ਕੀਤੀ ਆ, ਚਾਹੇ ਨਸ਼ੇੜੀਆਂ ਨੇ ਕੀਤੀ ਆ, ਚਾਹੇ ਕਿਸੇ ਪ੍ਰੋਫੈਸ਼ਨਲ ਨੇ ਕੀਤੀ ਆ, ਸਾਨੂੰ ਉਹ ਬੰਦੇ ਜਲਦ ਤੋਂ ਜਲਦ ਗ੍ਰਿਫਤਾਰੀ ਦੇ ਵਿੱਚ ਨਜ਼ਰ ਆਉਣੇ ਚਾਹੀਦੇ ਆ ਐਸ ਪੀ ਸਾਹਿਬ। ਅਤੇ ਇਹਨਾਂ ਦੀ ਜਿਹੜੀ ਵੀ ਚੋਰੀ ਹੋਈ ਆ ਉਹਦੀ ਰਿਕਵਰੀ ਕਰਾ ਕੇ ਦਿੱਤੀ ਜਾਵੇ। ਫਗਵਾੜਾ ਸ਼ਹਿਰ ਵਿੱਚ ਕ੍ਰਾਈਮ ਦਾ ਗ੍ਰਾਫ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਆਏ ਦਿਨ ਲੁੱਟਖੋ ਅਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਹੁਸ਼ਿਆਰਪੁਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਤਨੇਜਾ ਮੋਬਾਈਲ ਦੀ ਇੱਕ ਦੁਕਾਨ ਵਿੱਚੋਂ ਲੱਖਾਂ ਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਅਜੇ ਤਨੇਜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਆਪਣੀ ਦੁਕਾਨ 'ਤੇ ਆਏ ਤਾਂ ਉਹਨਾਂ ਦੇਖਿਆ ਦੁਕਾਨ ਦੀ ਕੰਧ ਪਾੜ ਕੇ ਦੁਕਾਨ ਅੰਦਰੋਂ ਰਿਪੇਅਰ ਕਰਨ ਆਏ ਅਤੇ ਦੁਕਾਨ ਅੰਦਰ ਪਏ ਨਵੇਂ ਮੋਬਾਈਲ ਫੋਨ ਅਤੇ ਦੁਕਾਨ ਅੰਦਰ ਪਈ 20-25 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ। ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦਾ ਕਰੀਬ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਦੱਸਿਆ ਕਿ ਚੋਰ ਇੰਨੇ ਸ਼ਾਤਰ ਸਨ ਕਿ ਦੁਕਾਨ ਅੰਦਰ ਲੱਗੇ CCTV ਕੈਮਰਿਆਂ ਦਾ DVR ਵੀ ਨਾਲ ਹੀ ਲੈ ਗਏ। ਇਸ ਮੌਕੇ ਦੁਕਾਨ ਮਾਲਕ ਅਤੇ ਮੋਬਾਈਲ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਸਰ ਕੀ ਨਾਂ ਜੀ ਆਪਣਾ? ਅਜੇ ਤਨੇਜਾ ਜੀ। ਹਾਂਜੀ, ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਆਪਣੇ? ਸਵੇਰੇ ਆਏ 9 ਵਜੇ ਆਪਣੀ ਦੁਕਾਨ ਦਾ ਸ਼ਗਲ ਚੱਕਿਆ ਤੇ ਅੰਦਰ ਆ ਕੇ ਦੇਖਿਆ ਆਪਣੀ ਨਾਲ ਦੀ ਕੰਧ 'ਚ ਜਿੱਦਾਂ ਸੱਬਲ ਨਾਲ ਤੋੜੀ ਹੋਈ ਸੀ, ਫੋਨ ਫੂਨ ਸਾਰੇ ਚੱਕੇ ਹੋਏ ਸੀਗੇ। ਸਵੇਰੇ ਆ ਕੇ ਦੇਖਿਆ। ਅਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ? ਸਵੇਰੇ ਜਦੋਂ ਦੁਕਾਨ ਖੋਲ੍ਹੀ 9:30-9 ਵਜੇ ਖੋਲ੍ਹੀ ਦੁਕਾਨ। ਅਤੇ ਕੋਈ CCTV ਕੈਮਰੇ 'ਚ ਬੰਦੇ ਆਏ? CCTV ਕੈਮਰੇ, DVR ਸਭ ਲੈ ਕੇ ਚੱਕ ਕੇ ਨਾਲ ਹੀ। ਅਤੇ ਪੁਲਿਸ ਕੰਪਲੇਂਟ ਕੀਤੀ? ਸਰ ਕੀਤੀ, ਆਏ ਸੀਗੇ ਫਿਰ ਆ ਕੇ ਕਹਿੰਦੇ ਆਇਓ ਸਿਟੀ, ਆਇਓ ਫਿਰ ਕਰਦੇ ਹਾਂ। ਉਸ ਤੋਂ ਬਾਅਦ ਚਲੇ ਗਏ। ਕੰਪਲੇਂਟ ਲਿਖਾਤੀ? ਸਰ ਕੰਪਲੇਂਟ ਕਹਿੰਦੇ ਉੱਥੇ ਆਓ, ਸਿਟੀ ਆਓ ਅਤੇ ਇੱਥੇ ਜਾ ਕੇ। ਅਤੇ ਸਰ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ? ਘੱਟੋ ਘੱਟ 7-8 ਲੱਖ ਦਾ ਹੋ ਗਿਆ। ਅਤੇ ਫੋਨ ਵਗੈਰਾ ਲੈ ਗਏ ਜਾਂ ਕਿੰਨਾ? ਰਿਪੇਅਰ ਆਏ ਸੀਗੇ, ਨਵੇਂ ਫੋਨ ਸੀਗੇ, ਰਿਪੇਅਰ ਹੋਣ ਆਏ ਸੀਗੇ 10-15 ਫੋਨ। ਅਤੇ ਉੱਦਾਂ ਮੇਰੇ ਪੇ ਸੀ ਐਪਲ ਫੋਨ ਪੇ ਸੀ, ਉਹ ਲੈ ਗਏ। ਸਰ ਕੋਈ ਕੈਸ਼ ਵਗੈਰਾ ਵੀ ਲੱਗ ਗਏ ਜਾਂ? ਕੈਸ਼ 20-25 ਹਜ਼ਾਰ ਰੁਪਇਆ ਸੀਗਾ। ਅਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਔਰ ਮਗੀ ਚੋਰੀ ਦੀਆਂ ਵਾਰਦਾਤਾਂ ਬਹੁਤ ਵੱਧ ਰਹੀਆਂ ਵਾ? ਪ੍ਰਸ਼ਾਸਨ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ, ਨਾਲ ਦੀ ਕੰਧ ਸ਼ੇਕ ਕਰਕੇ ਲੈ ਗਏ, ਹੁਣ ਅੱਜ ਸੇਫਟੀ ਕੀ ਹੈ ਇਹਦੇ ਵਿੱਚ, ਤੁਸੀਂ ਇਹ ਤਾਂ ਪ੍ਰਸ਼ਾਸਨ ਨੂੰ ਖੁਦ ਦੇਖਣਾ ਚਾਹੀਦਾ। ਸਰ ਕੋਈ ਚੌਂਕੀਦਾਰ ਵਗੈਰਾ ਰੱਖਿਆ ਇੱਥੇ? ਚੌਂਕੀਦਾਰ ਆਉਂਦਾ ਪਰ ਉਹ ਸਵੇਰੇ 4 ਵਜੇ ਦੀ ਕਹਿੰਦੇ ਨਾ ਪਿੱਛੇ ਸੀਗੇ, ਅਤੇ ਚੌਂਕੀਦਾਰ 3 ਵਜੇ ਤੱਕ ਹੁੰਦਾ ਸਵੇਰੇ ਇੱਥੇ। ਹਾਂਜੀ, ਆਪਣਾ? ਸੁਨੀਲ ਮਦਾਨ, ਮੋਬਾਈਲ ਡੀਲਰ ਐਸੋਸੀਏਸ਼ਨ ਫਗਵਾੜਾ ਪ੍ਰੈਜ਼ੀਡੈਂਟ। ਹਾਂਜੀ ਸਰ, ਅੱਜ ਮੰਡੀ ਦੇ ਦੁਕਾਨ ਦੇ ਅੰਦਰ ਖੜੇ, ਕੀ ਮਾਮਲਾ ਕੀ ਹੈ ਜਿਹੜਾ? ਅੱਜ ਮੈਨੂੰ ਕਹਿੰਦੇ ਹੋਏ ਵੀ ਬਹੁਤ ਖੇਦ ਹੋ ਰਿਹਾ, ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਗਾ ਰਿਹਾ ਚੋਰੀ ਅਤੇ ਲੁਟੇਰਿਆਂ 'ਤੇ ਨੱਥ ਪਾਉਣ ਦੇ ਲਈ, ਪਰ ਫਿਰ ਜਿਹੜੀ ਚੂਕ ਆ ਉਹ ਚੂਕ ਦਾ ਨਤੀਜਾ ਇਹ ਆ ਕਿ ਵੀ ਅੱਜ ਸਾਡੇ ਭਰਾ ਦੇ ਅੱਜ ਤਨੇਜਾ ਮੋਬਾਈਲ ਦੇ ਪਿਛਲੀ ਦੀਵਾਰ ਤੋਂ ਤਾਲਾ ਤੋੜਿਆ ਗਿਆ, ਪਹਿਲਾਂ ਗੇਟ ਦਾ ਤਾਲਾ ਤੋੜ ਕੇ ਨਾਲ ਦੀ ਦੁਕਾਨ 'ਚ ਐਂਟਰ ਹੋ ਕੇ ਸੱਬਲ ਦੇ ਨਾਲ ਕੰਧ ਭੰਨੀ ਗਈ। ਕੰਧ ਵੀ ਮੇਰੇ ਖਿਆਲ ਨਾਲ 1x1 ਦੇ ਵੀ ਆ, ਇਹਦੇ ਵਿੱਚ ਮੇਰਾ ਮੋਢਾ ਵੀ ਨਹੀਂ ਬਣਨਾ। ਅਤੇ ਉਹਦੇ ਵਿੱਚ ਕਿਸੇ ਬੱਚੇ ਨੂੰ ਉਹਨਾਂ ਨੇ, ਮੈਨੂੰ ਲੱਗਦਾ ਜੋ ਮੇਰੀ ਸੋਚ ਆ, ਬੱਚੇ ਨੂੰ ਵਾੜ ਕੇ ਜਾਂ ਕਿੰਨਾ ਕੁ ਨੁਕਸਾਨ ਸੁੱਕੇ ਜਿਹੜੇ ਹੋਣਗੇ ਉਹ ਵਿੱਚ ਵੜ ਕੇ 7-8 ਲੱਖ ਰੁਪਏ ਦਾ ਚੋਰੀ ਕਰਕੇ ਲੈ ਗਏ। ਮੋਬਾਈਲ ਫੋਨਸ ਲੈ ਗਏ, ਇਹਨਾਂ ਲੈਪਟੋਪ ਲੈ ਗਏ, ਇਹਨਾਂ ਨੇ ਮੈਕਬੁੱਕ ਲੈ ਗਏ ਆ, ਸੈਕਿੰਡ ਹੈਂਡ ਯੂਜ਼ਡ ਫੋਨ ਲੈ ਗਏ, ਨਵੇਂ ਫੋਨ ਲੈ ਗਏ ਆ। ਜਿਹੜੇ ਮੋਬਾਈਲ ਸਾਡੇ ਵੀਰਾਂ ਦੇ, ਸ਼ਹਿਰਦਾਰਾਂ ਦੇ ਐਪਲ ਦੇ ਫੋਨ ਸੀ ਵਧੀਆ ਕੁਆਲਿਟੀ ਦੇ, ਉਹ ਵੀ ਨਾਲ ਉਹ ਲੈ ਗਏ ਹੈਗੇ ਆ, ਜਿਨ੍ਹਾਂ ਦੀ ਸਾਰੀ ਡਿਟੇਲਸ ਤਕਰੀਬਨ ਇਹਨਾਂ ਕੋਲ ਹੈਗੀ ਆ। ਹੁਣ ਐਸ ਪੀ ਸਾਹਿਬ, ਤੁਹਾਨੂੰ ਮੇਰੀ ਹੱਥ ਜੋੜ ਬੇਨਤੀ ਆ, ਆਪਾਂ ਤੁਹਾਡੀ ਕਾਬਲੀਅਤ 'ਤੇ ਸਾਨੂੰ ਕੋਈ ਸ਼ੱਕ ਨਹੀਂ, ਤੁਹਾਡੇ ਹੁੰਦੇ ਹੋਏ ਸ਼ਹਿਰ ਦੇ ਸਾਨੂੰ ਕੋਈ ਡਰ ਨਹੀਂ, ਪਰ ਜੇ ਆਪਾਂ ਦੇਖਿਆ ਜਾਵੇ ਨਾਰ ਸਾਹਿਬ ਵੀ ਦਿਨ ਰਾਤ ਗਸ਼ਤ ਵਿੱਚ ਬਿਜ਼ੀ ਰਹਿੰਦੇ ਆ। ਮੈਂ ਕਈ ਵਾਰ ਦੇਖਿਆ ਨਾਰ ਸਾਹਿਬ 12-12 ਵਜੇ ਤੇ ਗੱਡੀ ਲੈ ਕੇ ਘੁੰਮਦੇ ਹੁੰਦੇ ਆ, ਪਰ ਕਿਤੇ ਨਾ ਕਿਤੇ ਐਸ ਪੀ ਸਾਹਿਬ ਚੂਕ ਰਹਿ ਜਾਂਦੀ ਆ। ਸਾਡੇ ਕੋਲ ਜਾਂ ਤਾਂ ਸਟਾਫ ਦੀ ਕਮੀ ਹੈਗੀ ਆ, ਜਾਂ ਸਾਨੂੰ ਲੱਗਦਾ PCR ਟੀਮ ਦੀ ਕਮੀ ਹੈਗੀ ਆ ਕਿ ਜਿਹੜੀ ਗਸ਼ਤਾਂ ਪੂਰੀਆਂ ਨਹੀਂ ਹੋ ਰਹੀਆਂ ਕਿ ਚੋਰ ਉਸ ਚੀਜ਼ ਦਾ ਫਾਇਦਾ ਉਠਾਉਂਦੇ ਆ। ਰਾਤ ਨੂੰ ਨਹੀਂ ਆਏ, ਸਵੇਰੇ ਤੜਕੇ 5 ਵਜੇ ਤੋਂ ਬਾਅਦ ਚੋਰੀ ਹੋਈ ਆ ਜਾਂ 4 ਵਜੇ ਤੋਂ ਬਾਅਦ ਚੋਰੀ ਹੋਈ, ਚੌਂਕੀਦਾਰ ਵੀ ਇੱਥੇ ਬੈਠਾ ਆ, ਕਿਤੇ ਨਾ ਕਿਤੇ ਚੋਰ ਸਾਡੇ ਤੋਂ ਇੱਕਦਮ ਅੱਗੇ ਚੱਲਦੇ ਪਏ ਆ। ਸਾਨੂੰ ਇਹ ਸੋਚਣਾ ਪੈਣਾ ਆ ਕਿ ਪ੍ਰਸ਼ਾਸਨ ਨੂੰ ਵੀ ਸੋਚਣਾ ਪੈਣਾ, ਜਿਹੜੀ ਲੁੱਟ ਖੋਹ ਦੀ ਇਹ ਵਾਰਦਾਤਾਂ ਹੋ ਰਹੀਆਂ ਆ, ਅੱਜ ਆਏ ਦਿਨ ਅਸੀਂ ਵੀਡੀਓਜ਼ ਦੇਖਦੇ ਹਾਂ, ਆਏ ਦਿਨ ਅਸੀਂ ਚੈੱਕ ਕਰਦੇ ਹਾਂ,
कि भी कोई औरत की चैनी ला के लै गए है, कोई बंदा अपने आप को कोई सेफ नहीं समझ पा रहा, दुकानदार को घबराहट होनी शुरू हो गई है, सीसीटीवी भी साढ़े फेल हो गए हैं, जे असी सीसीटीवी कैमरे लगाए हैं तो डीवीआर तक चुके लै जाते हैं, चोर इन्ने छात्र दिमाग हो गए, आई टी उन्होंने इन्नी तेज हो चुकी है कि पुलिस प्रशासन को भी पिछे कर रहे हैं, हर तरह की सुरक्षा पिछे कर रहे हैं। एस पी साहब इतने जोर लाना पैना है, एस पी साहब जिथे सानू साडी जरूरत की लड़ हैगी, जिथे सानू थानू लगता है कि मोबाइल एसोसीएशन की लड़ हैगी, पूरी दुकाना 150 तो उपर दुकाना एसोसीएशन रजिस्टर ने, थानू लगता है किसी पास साड़ी जरूरत है, किसी चोरी फड़न की जरूरत है, असं तैयार बैठे थोड़ी सेवा करने लिए, बट सानू यह पता लगता है कि छोटी छोटी चीज़ पिछे दुकानदारों को भी परेशान किया जाता है, पर चोर अपनी वारदातों बड़ी आसानी अंजाम देंगे ने, तो बाद फसदा कौन है, दुकानदार को छोटी छोटी चीज़ें परेशान किया जाता है, सुरक्षा की सेंध लगती हैगी, एस पी साहब इतने जोर लगाना पैना है, इतने देखना पैना है, कोई भी सुरक्षा नहीं समझता पाया। सर किस नाम से दुकान है, कितने है दुकान का? यह मंडी हुशियारपुर रोड की मेन मंडी है, जिथे दिन रात आवाजाही रहती है, ट्रालिया ट्रैक्टर गड्डिया का आवाजाही रहती है, जिथे तड़के 3 बजे मंडी के गाहक आना शुरू हो जाता है, उत्थे शरेआम चोरी हुई है, मेन दुकान आ तरेजा मोबाइल की दुकान है, अजय तरेजा उत्थे मालक ने, मैनू नहीं समझ आती इन्नी आवाजाही के होंगे हुए भी उत्थे चोरी किदा हो सकती है। टोटल कैश भी लग गया सर? 20,000 का कैश भाजी दसते हैं, 20-25,000 का है, पर प्रोपर गिनती नहीं कभी रख के कोई जाता, लेकिन इन्ना लगभग है कि कैश से इन्ना। हाँ जी सर, एक तनेजा मोबाइल की दुकान सर्विस दुकान मंडी च। हाँ जी, की मामला की सर? ये सानू सवेरे इंटीमेशन मिली थी कि तनेजा मोबाइल सर्विस है, जी सब्जी मंडी के एक शॉप सी, उस कोई पिछों की अनपछाती व्यक्तियों वालों कंध पाड़ के अंदर एंटर कर गए थे, तो जो इन्हों वालों उतों 20-25 के करीब जोड़े रिपेयर होने आए थे मोबाइल फोन, तो प्लस कुछ नवे मोबाइल फोन है जोड़े इन्होंने चोरी किए। तो सर लगभग किन्ना का नुकसान हो गया? वो असं उन्होंने स्टेटमेंट लै रहे हैं, तो उन्होंने बिलों के मुताबिक आईडिया ला के फिर लिया जाऊगा कि किन्ना का नुकसान हो गया। तो सर कोई सी सी कैमरे जाए कोई बंदा? सी सी टी वी फुटेज साड़ी टीम लगी हुई है, कैमरे चैक कर रहे हैं, कोशिश कर रहे हैं कि जल्दी तो जल्दी ट्रेस करके जो दोषी है उन्होंने गिरफ्तार किया।